ਸਤਿ ਸ਼੍ਰੀ ਅਕਾਲ ਜੀ। ਇਸ ਵੀਡੀਓ ਵਿੱਚ ਤੁਹਾਨੂੰ ਅਸੀਂ ਬਹੁਤ ਹੀ ਜ਼ਿਆਦਾ ਫੇਮਸ ਅਤੇ ਹਿਸਟੋਰੀਕਲ ਜਗ੍ਹਾ ਦਿਖਾਉਂਦੇ ਹਨ। ਇਹ ਜਗ੍ਹਾ ਪੰਜਾਬ ਦੇ ਅੰਮ੍ਰਿਤਸਰ ਜ਼ਿਲ੍ਹੇ ਵਿੱਚ ਸਥਿਤ ਹੈ। ਤੇਰ੍ਹਾਂ ਅਪ੍ਰੈਲ 1919 ਨੂੰ ਜਿਸ ਜਗ੍ਹਾ 'ਤੇ ਬਹੁਤ ਹੀ ਜ਼ਿਆਦਾ ਬੇਕਸੂਰ ਲੋਕਾਂ ਦਾ ਖੂਨ ਡੁੱਲਿਆ ਹੋਇਆ ਸੀ, ਇਹਨਾਂ ਲੋਕਾਂ ਵਿੱਚ ਬਜ਼ੁਰਗ, ਜਵਾਨ, ਬੱਚੇ ਆਦਿ ਸਾਰੇ ਸ਼ਾਮਿਲ ਸਨ। ਇਹਨਾਂ ਸਾਰੇ ਲੋਕਾਂ ਨੂੰ ਬੜੀ ਬੇਰਹਿਮੀ ਨਾਲ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਸੀ। ਹਾਂਜੀ, ਗੱਲ ਕਰਦੇ ਹਾਂ ਜੀ ਜਲ੍ਹਿਆਂਵਾਲਾ ਬਾਗ ਯਾਨੀ ਕਿ ਕਤਲੇਆਮ ਕਾਂਡ ਦੀ, ਜਿਸ ਵਿੱਚ ਬਹੁਤ ਸਾਰੇ ਪੰਜਾਬੀ ਭਾਰਤੀ ਲੋਕ ਮੌਤ ਦੇ ਘਾਟ ਉਤਾਰ ਦਿੱਤੇ ਗਏ ਸਨ। ਇਹ ਲੋਕ 13 ਅਪ੍ਰੈਲ 1919 ਨੂੰ ਵਿਸਾਖੀ ਵਾਲੇ ਦਿਨ ਰੋਲਟ ਐਕਟ ਦਾ ਵਿਰੋਧ ਕਰਨ ਲਈ ਇੱਥੇ ਸ਼ਾਂਤਮਈ ਢੰਗ ਨਾਲ ਬੈਠੇ ਹੋਏ ਸਨ। ਇਹ ਆਪਣਾ ਬੜੇ ਸੁਚੱਜੇ ਢੰਗ ਨਾਲ, ਸ਼ਾਂਤਮਈ ਢੰਗ ਨਾਲ ਆਪਣਾ ਰੋਸ ਪ੍ਰਦਰਸ਼ਨ ਕਰ ਰਹੇ ਸਨ, ਪਰ ਅੰਗਰੇਜ਼ ਜਨਰਲ ਡਾਇਰ ਨੇ ਆਪਣੀ ਫੌਜ ਨੂੰ ਇਹਨਾਂ ਮਾਸੂਮ ਅਤੇ ਬੇਕਸੂਰ ਲੋਕਾਂ ਜੋ ਆਪਣਾ ਹੱਕ ਮੰਗ ਰਹੇ ਸੀ ਗੋਲੀ ਚਲਾਉਣ ਦਾ ਆਰਡਰ ਦੇ ਦਿੱਤਾ। ਜਦੋਂ ਹੀ ਇਹਨਾਂ ਅੰਗਰੇਜ਼ ਫੌਜਾਂ ਨੇ ਗੋਲੀਆਂ ਚਲਾਈਆਂ ਤਾਂ ਲੋਕਾਂ ਵਿੱਚ ਡਰ ਪੈਦਾ ਹੋ ਗਿਆ ਅਤੇ ਲੋਕ ਇੱਧਰ ਉੱਧਰ ਭੱਜਣ ਲੱਗੇ। ਜਿਸ ਵਿੱਚ ਥੋੜ੍ਹੇ ਸਮੇਂ 'ਚ ਹੀ ਗੋਲੀਆਂ ਚਲਾ ਕੇ 1500 ਲੋਕਾਂ ਦੀ ਹੱਤਿਆ ਕਰ ਦਿੱਤੀ ਗਈ। ਅਤੇ ਕੁਛ ਲੋਕ ਜਾਨ ਬਚਾਉਣ ਲਈ ਬਾਗ ਵਿੱਚ ਬਣੇ ਖੂਹ ਵਿੱਚ ਛਾਲ ਮਾਰ ਕੇ ਜਾਨ ਗਵਾ ਬੈਠੇ। ਬਾਰਾਂ ਸੌ ਲੋਕਾਂ ਨੂੰ ਜ਼ਖਮੀ ਕਰ ਦਿੱਤਾ ਗਿਆ। ਇਸ ਤਰ੍ਹਾਂ ਇਸ ਦਿਨ ਵਿਸਾਖੀ ਵਾਲੇ ਦਿਨ ਇਸ ਧਰਤੀ 'ਤੇ ਬਹੁਤ ਹੀ ਬੇਕਸੂਰ ਅਤੇ ਮਾਸੂਮ ਲੋਕਾਂ ਦਾ ਖੂਨ ਡੁੱਲਿਆ। ਅਤੇ ਬਾਗ ਦੇ ਚਾਰੇ ਪਾਸੇ ਚੀਕ ਝਾੜੇ ਦੀਆਂ ਆਵਾਜ਼ਾਂ ਹੀ ਆ ਰਹੀਆਂ ਸਨ। ਇਸ ਤਰ੍ਹਾਂ ਇਹ ਲੋਕਾਂ ਨਾਲ ਉਸ ਦਿਨ ਬਹੁਤ ਹੀ ਜ਼ਿਆਦਾ ਬੁਰਾ ਸਲੂਕ ਅਤੇ ਮਾੜਾ ਹੋਇਆ ਸੀ, ਜਿਸ ਨੂੰ ਇਹ ਇਤਿਹਾਸਕ ਸਥਾਨ ਨੂੰ ਅੱਜ ਵੀ ਯਾਦ ਕਰਕੇ ਸਾਡੀ ਰੂਹ ਕੰਬ ਜਾਂਦੀ ਹੈ। ਇਸ ਤਰ੍ਹਾਂ ਇਹ ਕਤਲੇਆਮ ਕਾਂਡ ਅੱਜ ਕੱਲ੍ਹ ਜਲ੍ਹਿਆਂਵਾਲਾ ਬਾਗ ਦੇ ਨਾਮ ਨਾਲ ਜਾਣਿਆ ਜਾਂਦਾ ਹੈ। ਬਾਕੀ ਇਸ ਵੀਡੀਓ ਵਿੱਚ ਸਭ ਕੁਝ ਦਿਖਾਇਆ ਹੈ, ਤੁਸੀਂ ਇਸ ਵੀਡੀਓ ਵਿੱਚ ਵੀ ਕਾਫੀ ਜਾਣਕਾਰੀ ਲੈ ਸਕਦੇ ਹੋ। ਵੀਡੀਓ ਨੂੰ ਲਾਈਕ ਅਤੇ ਸ਼ੇਅਰ ਜ਼ਰੂਰ ਕਰ ਦਿਓ ਤਾਂ ਜੋ ਤੁਹਾਨੂੰ ਹੋਰ ਵੀ ਇਤਿਹਾਸਕ ਸਥਾਨਾਂ ਦੀ ਜਾਣਕਾਰੀ ਦੇ ਸਕੀਏ।